ਅੱਜ ਹਮ ਸਸਕਾਟੂਨ ਚ ਹੈਗੇ ਆ ਤੇ ਗੁਰਦੁਆਰੇ ਚ ਬੜੀ ਸਲੋਪ ਹੈਗੀ ਆ ਤੇ ਭਾਈ ਸਾਹਿਬ ਸਾਡੇ ਖੜੇ ਨੇ ਸਿੱਧੂ ਸਾਹਿਬ ਤੇ ਗੁਰਦੁਆਰਾ ਸਾਹਿਬ ਨੂੰ ਸਾਫ਼ ਕਰਨ ਵਾਸਤੇ ਦੇਖੋ ਜੀ ਬੋਬਕੈਟ ਮੰਗਾਈ ਹੈ ਬੋਬਕੈਟ ਆ ਗਈ ਹੈ ਔਰ ਸਾਰੀ ਜਗ੍ਹਾ ਬਹੁਤ ਸਨੋਅ ਪੈ ਗਈ ਹੈ ਇੰਨੀ ਸਨੋਅ ਤੁਸੀਂ ਸੋਚ ਵੀ ਨਹੀਂ ਸਕਦੇ ਪੰਜ ਪੰਜ ਫੁੱਟ ਸਨੋਅ ਪੈ ਗਈ ਹੈ ਇਹ ਥੋੜ੍ਹਾ ਜਿਹਾ ਹੱਥ ਨਾਲ ਸਾਫ਼ ਕੀਤਾ ਸਫਲਾਂ ਨਾਲ ਇੱਥੇ ਹੁਣ ਆਹ ਦੇਖੋ ਕਿੰਨੀ ਕਿੰਨੀ ਸਨੋਅ ਪੈ ਗਈ ਹੈ ਗੱਡੀਆਂ ਬਾਹਰ ਖੜੀਆਂ ਨੇ ਦੇਖ ਸਕਦੇ ਹੋ ਹਜੇ ਵੀ ਬਰਫ਼ ਪੈ ਰਹੀ ਹੈ 25 ਦਸੰਬਰ ਹੈ ਕ੍ਰਿਸਮਸ ਦਾ ਟਾਈਮ ਅਤੇ ਬੱਚਿਆਂ ਦੀ ਸ਼ਹੀਦੀ ਦਾ ਟਾਈਮ ਦੇਖੋ ਜੀ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਹਿਸਾਬ ਨਾਲ ਇਹ ਵੀਡੀਓ ਬਣਾਉਂਦੇ ਹੋਏ ਦਿਖਾ ਰਹੇ ਜੀ ਆਹ ਦੇਖੋ ਗੱਡੀਆਂ ਫਸੀਆਂ ਖੜੀਆਂ ਇਹ ਬੋਬਕੈਟ ਆ ਗਈ ਹੈ ਇਹ ਬਰਫ਼ ਨੂੰ ਹਟਾਏਗੀ ਬੰਦਿਆਂ ਨੇ ਤਾਂ ਜਿੰਨਾ ਜ਼ੋਰ ਲਾਉਣਾ ਸੀ ਲਾ ਲਿਆ ਆਹ ਦੇਖੋ ਜੀ ਹੁਣ ਹੋਰ ਜ਼ੋਰ ਲਾਉਣ ਲੱਗੇ ਨੇ ਗਿੱਲ ਸਾਹਿਬ ਦੀ ਗੱਡੀ ਹੈਗੀ ਹੈ ਗਿੱਲ ਸਾਹਿਬ ਨੇ ਕੀਤਾ ਬੋਬਕੈਟ ਲਓ ਜੀ ਇਹ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਦੀ ਪਾਰਕਿੰਗ ਦੀ ਸਫਾਈ ਹੋਏਗੀ ਦੇਖ ਰਹੇ ਹਾਂ ਦੇਖੋ ਕਿੰਨੀ ਬਰਫ਼ ਹੀ ਬਰਫ਼ ਦੋ ਦੋ ਤਿੰਨ ਤਿੰਨ ਫੁੱਟ ਬਰਫ਼ ਪੈ ਗਈ ਹੈ ਜੀ ਇਹ ਥੋੜ੍ਹਾ ਜਿਹਾ ਰਸਤਾ ਬਣਾਇਆ ਸੀਗਾ ਸਵੇਰੇ ਅਤੇ ਹੁਣ ਦੇਖੋ ਜੀ ਹੁਣ ਬੋਬਕੈਟ ਆ ਗਈ ਹੈ ਅਤੇ ਇਹਨੇ ਸਾਰਾ ਸਾਫ਼ ਕਰ ਦੇਣਾ ਰੁਕ ਜਾਓ ਜੀ ਰੁਕ ਜਾਓ ਜੀ ਰੁਕ ਜਾਓ ਰੁਕ ਜਾਓ ਰੁਕ ਜਾਓ ਰੁਕ ਜਾਓ